ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ, ਜਿੰਨੇ ਮੇਰੇ ਮਿੱਤਰ ਸਾਨੂੰ ਦੇਖ ਰਹੇ ਆ, ਆਪਣੇ ਸਾਰੇ ਭਰਾ ਨੇ, ਆਪਣੇ ਟੀਮ ਮੈਂਬਰ ਆ, ਸਾਰੇ ਪੰਜਾਬ ਰਾਈਡਰ ਵਾਲੇ ਮੇਰੇ ਵੀਰ, ਇਹ ਸਾਰੇ ਮੇਰੇ ਭਰਾ ਆ ਵੀਰੇ। ਇਹ ਦੇਖੋ ਤੁਸੀਂ, ਆਪਣਾ ਬਾਈ ਆ, ਆ ਬਾਈਕ ਦੇਖੋ, ਬਾਈ ਨੇ ਉਹਨੇ ਪੈਟਰੋਲ ਫੁੱਲ ਮਤਲਬ ਕਰਵਾਇਆ, ਟੈਂਕੀ ਫੁੱਲ ਕਰਵਾ ਦਈ ਆ, ਵੀ ਅੱਗੇ ਜਾ ਕੇ ਕੋਈ ਸਾਨੂੰ ਗਾਹਾਂ ਦਿੱਕਤ ਨਾ ਆਵੇ। ਜੀ ਐਸ ਗਿੱਲ ਵੀ ਸਾਡੇ ਨਾਲ ਨੇ, ਅਤੇ ਬਾਈ ਜੀ ਹੁਣ ਤੁਹਾਨੂੰ ਫੁੰਡ ਪੰਜਾਬ ਦੇ ਵੱਲੋਂ ਆਪਾਂ ਨਿਊ ਬਲੌਗ ਤੁਹਾਡੇ ਸਾਹਮਣੇ ਪੇਸ਼ ਕੀਤਾ। ਬਈ ਧਿਆਨ ਨਾਲ ਦੇਖਿਓ, ਇਹ ਬਲੌਗ ਸ਼ੂਟ ਕਰਨ ਦਾ ਮਕਸਦ ਇਹ ਸੀਗਾ ਵੀ ਸਾਡਾ ਜਿਹੜਾ ਟ੍ਰਿਪ ਆ ਬਈ, ਇਹ ਕੋਹਲੀ 8500 ਰੁਪਏ ਦੇ ਵਿੱਚ ਕਵਰ ਹੋਇਆ ਸੀਗਾ। ਇਹ ਟ੍ਰਿਪ ਹੋਇਆ ਸੀ ਆਪਣਾ ਬਠਿੰਡਾ ਤੋਂ ਸਟਾਰਟ ਸੀਗਾ ਸਾਡਾ ਟ੍ਰਿਪ, ਅਤੇ ਬਠਿੰਡਾ ਤੋਂ ਸਟਾਰਟ ਹੋ ਕੇ ਸ਼ਿਮਲਾ, ਸ਼ਿਮਲਾ ਸਾਰਾ ਆਪਾਂ ਇੱਕ ਪਾਸੇ ਕਰਕੇ ਸਾਂਗਲਾ, ਬੈਲੀ, ਕਨੌਰ, ਜਿੰਨੇ ਵਿੱਚ ਰਸਤੇ ਵਿੱਚ ਸ਼ਹਿਰ ਆਏ, ਰਾਮਪੁਰ, ਕਨੌਰ, ਸਾਂਗਲਾ, ਸਾਰੇ ਆਪਾਂ ਕਵਰ ਕੀਤੇ ਸੀਗੇ ਸਿਰਫ 8500 ਰੁਪਏ ਦੇ ਵਿੱਚ। ਕਵਰ ਇੱਦਾਂ ਕੀਤੇ ਵੀ ਜਿਹੜਾ ਆਪਣਾ ਬਾਈਕਾਂ ਦਾ ਖਰਚਾ ਸੀਗਾ ਉਹ ਆਪਾਂ ਨੂੰ ਇਕੱਲਾ ਪੈਟਰੋਲ ਦਾ ਖਰਚਾ ਹੀ ਆਪਾਂ ਨੂੰ 8500 ਰੁਪਏ ਆਇਆ ਸੀਗਾ, ਨਹੀਂ 8500 ਸਾਰਾ ਖਰਚਾ ਸਾਡਾ ਟੋਟਲ ਸੀਗਾ, ਸਾਡੇ ਖਾਣ ਪੀਣ ਦਾ ਵਿੱਚ ਸੀਗਾ। ਅਤੇ ਇਹਦਾ ਇਹ ਸੀਗਾ ਵੀ ਜਿਹੜਾ ਕਿ ਬਾਈਕਾਂ ਦਾ ਸਾਨੂੰ ਖਰਚਾ ਟੁੱਟ ਭੱਜ ਤਾਂ ਕੋਈ ਹੋਈ ਨਹੀਂ, ਪਰਮਾਤਮਾ ਨੇ ਇੰਨੀ ਕੋਈ ਕਿਰਪਾ ਰੱਖੀ ਸਾਡੇ 'ਤੇ, ਅਤੇ ਸਾਨੂੰ ਖਰਚਾ ਸਿਰਫ ਆਇਆ ਸੀ ਪੈਟਰੋਲ ਦਾ ਆਇਆ ਸੀ, ਅਤੇ ਕੋਈ ਖਰਾਬੀ ਹੁਣ ਤੱਕ ਆਈ ਨਹੀਂ ਬਾਈਕ ਦੇ ਵਿੱਚ, ਬਾਈਕ ਪੂਰੀ ਵਧੀਆ ਚੱਲਦੀ ਹੋ ਗਈ, ਕੰਮ ਪੂਰਾ ਕਰਵਾ ਕੇ ਪਏ ਸੀ ਸਿਰ ਨਹੀਂ, ਟਾਇਰ ਟੂਰ ਹੋ ਗਏ ਅਤੇ ਹੋਰ ਇੰਜਣ ਦਾ ਕੰਮ ਹੋ ਗਿਆ ਮਾੜਾ ਮੋਟਾ, ਕਿਉਂਕਿ ਬੁਲਟ ਤੁਹਾਨੂੰ ਪਤਾ ਛੇਤੀ ਸਰਵਿਸ ਭਾਲਦਾ, ਅਤੇ ਬਾਕੀ ਬੁਲਟ ਤੁਹਾਨੂੰ ਪਤਾ ਦਬਾਉਣ ਵਾਲੀ ਚੀਜ਼ ਨਹੀਂ ਬਾਈ, ਕਿੱਧਰ ਮਰਜ਼ੀ ਪਾੜੋ। ਪੰਜਾਬ ਰਾਈਡਰ ਵਾਲਿਆਂ ਦਾ ਬਾਕੀ ਸਾਰੇ ਉੱਪਰ ਲੋਗੋ ਅਸੀਂ ਪਹਿਲਾਂ ਹੀ ਲਵਾਤੇ ਸੀਗੇ, ਸਾਨੂੰ ਪਤਾ ਲੱਗ ਜੇ ਵੀ ਯਾਰ ਵੀ ਪੰਜਾਬ ਰਾਈਡਰ ਵਾਲੇ ਹੁਣ ਆਪਣਾ ਹੀ ਦੌਰਾ ਕਰਦੇ ਫਿਰਦੇ ਆ। ਆਪਣਾ ਇਹ ਕਰਨ ਦਾ ਮਕਸਦ ਇਹ ਸੀਗਾ ਵੀ ਯਾਰ ਇੰਨੇ ਨਾਲ ਬੰਦਾ ਘੁੰਮ ਲੈਂਦਾ, ਰਿਫਰੈਸ਼ਮੈਂਟ ਹੋ ਜਾਂਦੀ ਹੈ, ਅਤੇ ਤੁਹਾਨੂੰ ਆਪਾਂ ਨੌਲੇਜ ਇਹ ਦੇਣਾ ਚਾਹੁੰਦੇ ਹਾਂ ਵੀ ਜਿਹੜਾ ਕਿ ਸਾਰਾ ਟ੍ਰਿਪ ਸੀਗਾ ਕੋਈ 8500 ਰੁਪਏ ਦੇ ਵਿੱਚ ਹੋਇਆ ਸੀਗਾ। ਅਸੀਂ ਕੀ ਕੀਤਾ ਵੀ ਸਾਰੇ ਬੰਦੇ ਜਿੰਨੇ ਸੀਗੇ ਆਪਣੇ ਟੀਮ ਦੇ ਮੈਂਬਰ, ਆਪਣਾ ਜੀ ਐਸ ਕੇ ਵੀਰ ਹੋ ਗਿਆ, ਵਿਜੂ ਹੋ ਗਿਆ, ਅਤੇ ਆਪਣਾ ਗੈਰੀ ਹੋ ਗਿਆ, ਅਤੇ ਆਪਣੇ 2000 ਹੋਰ ਸੀਗੇ ਬੰਦੇ, ਸਾਰੇ 5-7 ਜਣੇ ਸੀਗੇ, 7-8 ਜਣੇ, ਅਤੇ ਅਸੀਂ ਸਾਰਿਆਂ ਨੇ ਕੀ ਬਣਿਆ ਵੀ ਰੈ ਬਣਾ ਲਈ, ਅਸੀਂ ਜਰਸੀਆਂ ਤਿਆਰ ਕਰਵਾਈਆਂ, ਸਟਿੱਕਰ ਬਣਵਾਏ, ਬੁਲਟ ਬਾਈਕਾਂ ਤਿਆਰ ਕੀਤੀਆਂ, ਆਪਣੇ ਟੈਂਟ ਦਾ ਸਮਾਨ ਇਕੱਠਾ ਕੀਤਾ, ਅਤੇ ਆਪਣੇ ਜਿਹੜਾ ਵੀ ਸੀਗਾ ਖਾਣ ਪੀਣ ਦਾ ਹੋਰ ਸਮਾਨ ਹੋ ਗਿਆ, ਬਾਈਕਾਂ ਦੇ ਉੱਪਰ ਸਕੰਜਾ ਲਵਾਇਆ ਵੀ ਕਿਤੇ ਯਾਰ ਸਮਾਨ ਵੀ ਸਹੀ ਟਿਕ ਜੇ, ਸਾਡਾ ਸਮਾਨ ਸਾਰਾ ਰੱਖਿਆ ਸੀ ਬਾਈਕਾਂ ਦੇ ਉੱਪਰ, ਲੋਡ ਕਰ ਲਿਆ, ਅਤੇ ਬਾਈ ਕੀ ਹੋਇਆ ਵੀ ਆਪਾਂ ਬਠਿੰਡੇ ਤੋਂ ਖਿੱਚ ਦਿੰਦਾ ਸ਼ਿਮਲੇ ਵੱਲ, ਸ਼ਿਮਲੇ ਵੱਲ ਨੂੰ ਖਿੱਚਣ ਤੋਂ ਬਾਅਦ ਬਈ ਕਿਆ ਬਾਤਾਂ ਜੀ, ਆਨੰਦ ਆਏ, ਪਹਾੜ ਦੇਖ ਕੇ ਮੈਂ ਕਹਿੰਦਾ ਜੀ ਰਹਿ ਰੱਬ ਦਾ ਨਾ, ਬਾਕੀ ਦੱਸ ਨਹੀਂ ਸਕਦਾ, ਤੁਸੀਂ ਆਪ ਦੇਖੋ ਯਾਰ ਵੀ ਪਹਾੜਾਂ ਦੇ ਨਜ਼ਾਰੇ ਦੇਖੋ ਪਹਿਲਾਂ ਦਾ, ਕਿੰਨੀਆਂ ਸੋਹਣੀਆਂ ਬੈਲੀਆਂ ਬਣੀਆਂ ਹੋਈਆਂ ਇੱਥੇ, ਕਿੰਨੇ ਸੋਹਣੇ ਪਹਾੜ ਆ, ਕਿੰਨਾ ਸੋਹਣਾ ਮੌਸਮ ਆ, ਸਾਰੀਆਂ ਚੀਜ਼ਾਂ ਅਸੀਂ ਇੰਨਾ ਕੁ ਖੁਸ਼ ਮਹਿਸੂਸ ਸੀਗੇ ਬਾਈ ਆਪਣਾ ਜੀ ਐਸ ਗਿੱਲ ਵੀ ਰਹਿ ਆਪਣੇ ਢਿੱਡੇ ਪਿੰਡ ਵਾਲਾ ਵੀਰਾ ਬਾਈ ਕਰਦੇ ਕਰਾਉਂਦੇ ਘੁੰਮਦੇ ਘੁੰਮਾਉਂਦੇ ਇੱਥੇ ਅਸੀਂ ਨਾਈਟ ਸਟੇਅ ਕੀਤੀ ਸੀ। ਨਾਈਟ ਸਟੇਅ ਕਰਨ ਤੋਂ ਬਾਅਦ ਇਸ ਹੋਟਲ ਤੋਂ ਬਾਅਦ ਅਸੀਂ ਜਦੋਂ ਮਾਰਕੀਟ ਦੇ ਵਿੱਚ ਪਾਇਆ ਬੁਲਟ ਆਪਣਾ ਬਾਈਕ ਇੱਥੋਂ ਕੱਢਣਾ ਸੀਗਾ, ਇੱਥੇ ਕੂਣੀ ਮੋੜ ਜਿਹਨੂੰ ਕਹਿੰਦੇ ਆਪਾਂ ਪੰਜਾਬੀ ਵੀਰ, ਵੀ ਕੂਣੀ ਮੋੜ ਹੁੰਦਾ ਇਹ, ਕੂਣੀ ਮੋੜ ਸੀਗਾ ਇਹ, ਉੱਪਰੋਂ ਉੱਚਾ ਸੀ ਅਤੇ ਥੱਲੇ ਨੀਵਾਂ ਸੀਗਾ, ਇੱਥੋਂ ਅਸੀਂ ਬਾਈਕਾਂ ਸਾਰਿਆਂ ਨੇ ਤਿਆਰ ਕਰ ਲਈਆਂ ਅਤੇ ਰੋਡ ਲੀਆਂ, ਇਕੱਲੇ ਇਕੱਲੇ ਬੰਦੇ ਨੇ ਵੀ ਚੱਲ ਪੂਆ ਜੀ ਬਣਵਾਉਣੇ ਆ, ਫੋਟੋ ਖਿਚਾਉਣੇ ਆ, ਆਪਣੇ ਇੱਦਾਂ ਵੀ ਸਾਰੇ ਫਨ ਕੀਤਾ ਯਾਰ, ਪੂਰਾ ਆਨੰਦ ਲਿਆ ਵੀ ਯਾਰ, ਫੋਟੋਆਂ ਖਿਚਾਈਆਂ, ਠੀਕ ਆ, ਬਾਈਆਂ ਨੇ ਵੀਡੀਓ ਬਣਵਾਈਆਂ ਵੀ ਯਾਰ, ਇੱਕ ਯਾਦਗਰੀ ਰਹਿ ਜਾਂਦੀ ਆ ਵੀ, ਇੱਕ ਮੈਮਰੀ ਹੁੰਦੀ ਆ ਵੀ ਅਸੀਂ ਗਏ ਸੀ ਘੁੰਮਣ ਯਾਰ, ਸਾਰੇ ਬਾਈਕ ਰਾਈਡਰ ਆਪਣੇ ਤੁਰ ਗਏ, ਇਹ ਮੈਂ ਆ ਬਾਈ ਜੀ, ਅਤੇ ਤੁਸੀਂ ਆਹ ਚੀਜ਼ ਦੇਖੋ ਯਾਰ, ਇਹ ਚੀਜ਼ ਦਿਖਾਉਣ ਦਾ ਮਕਸਦ ਇਹ ਸੀਗਾ ਵੀ ਇੱਥੇ ਦੋ ਨਹਿਰਾਂ ਇਕੱਠੀਆਂ ਹੁੰਦੀਆਂ, ਇੱਕ ਦਾ ਪਾਣੀ ਹੋਰ ਹੋਊ, ਇੱਕ ਦਾ ਪਾਣੀ ਹੋਰ, ਠੀਕ ਆ, ਇੱਥੋਂ ਤੁਸੀਂ ਦੇਖੋ ਅਸੀਂ ਸਟੇਅ ਕੀਤੀ ਸੀ, ਖਾਣਾ ਪੀਣਾ ਖਾਧਾ ਪੀਤਾ ਸੀਗਾ, ਖਾਣਾ ਪੀਣਾ ਖਾਣ ਤੋਂ ਬਾਅਦ ਅਸੀਂ ਇੱਥੇ ਤੁਹਾਨੂੰ ਦਿਖਾਉਣਾ ਨਜ਼ਾਰਾ, ਪਹਿਲੀ ਗੱਲ ਤਾਂ ਵੀ ਨਜ਼ਾਰਾ ਦੇਖ ਲਓ, ਇਸ ਇੱਕ ਹੋਰ ਗੱਲ ਆ ਵੀ ਇਹ ਸਾਰੀ ਵੀਡੀਓ ਅਸੀਂ ਕੋਈ ਕੈਮਰੇ ਨਾਲ ਨਹੀਂ ਸ਼ੂਟ ਕੀਤੀ, ਕੋਈ ਕਿਸੇ ਨਾਲ ਨਹੀਂ ਸ਼ੂਟ ਕੀਤੀ, ਇਹ ਵੀਡੀਓ ਅਸੀਂ ਸਿਰਫ 14 ਪ੍ਰੋ ਆਪਣਾ 12 ਪ੍ਰੋ ਨਾਲ ਸ਼ੂਟ ਕੀਤੀ ਸੀਗੀ, ਅਤੇ ਸਾਰੀ ਵੀਡੀਓ ਆਪਾਂ ਫੋਨ ਦੇ ਉੱਪਰ ਹੀ ਸ਼ੂਟ ਕੀਤੀ ਆ, ਕੋਈ ਕੈਮਰੇ ਨਾਲ ਨਹੀਂ ਸ਼ੂਟ ਕੀਤੀ, ਅਤੇ ਤੁਸੀਂ ਕਲੈਰਿਟੀ ਦੇਖੋ ਵੀ ਇਕੱਲੀ ਕਰੀ ਜੀ ਤੁਹਾਨੂੰ ਦੇਖ ਰਹੀ ਆ, ਠੀਕ ਆ, ਕਿਉਂਕਿ ਸਾਨੂੰ ਕੋਈ ਕੈਮਰਾ ਕੈਰੀ ਕਰਨਾ ਔਖਾ ਸੀ ਬਾਈਕ ਦੇ ਉੱਪਰ, ਜਾਂ ਤਾਂ ਸਾਨੂੰ ਕੈਮਰਾ ਮੂਹਰੇ ਲਾਉਣਾ ਪੈਣਾ ਸੀ, ਉਹ ਚੀਜ਼ ਦੀ ਦਿੱਕਤ ਇਹ ਆਉਂਦੀ ਸੀ ਕਿ ਜੇ ਅਸੀਂ ਮੂਹਰੇ ਕੈਮਰਾ ਲਾਉਂਦੇ ਸੀ ਤਾਂ ਜਿਹੜੀ ਚੀਜ਼ ਦਿਖਾਉਣਾ ਚਾਹੁੰਦੇ ਸਾਨੂੰ ਨਹੀਂ ਦਿਖਾ ਸਕਦੇ ਸੀਗੇ, ਕਿਉਂਕਿ ਬਈ ਆਪਣੇ ਜਿਹੜੇ ਪੰਜਾਬੀ ਵੀਰ ਆ ਉਹਨਾਂ ਦੇ ਮਨਾਂ ਦੇ ਵਿੱਚ ਸਾਰਿਆਂ ਕੋਲ ਬੁਲਟ ਬਾਈਕਾਂ ਹੈਗੀਆਂ, ਜਿਹੜੇ ਵੀ ਘੁੰਮਣ ਦੇ ਚਾਹਵਾਨ, ਹੁਣ ਤਾਂ ਬੱਚੇ ਹੁਣ ਵੀ ਜਿੰਨੇ ਆਪਣੇ ਬਾਈ ਆ ਸਾਰੇ ਹੁਣ ਤਾਂ ਥਾਰਾਂ ਲੈਣੀਆਂ ਪਈਆਂ, ਥਾਰ 'ਤੇ ਜਾਂਦੇ ਯਾਰ ਬਈ,
ਜਾਂ 20 ਘੰਟੇ ਦਾ ਬੱਚਾ, ਚਲੋ ਹੋਰ ਸੇਫਟੀ ਹੈ, ਚਲੋ ਬਈ ਉਹ ਵੀ ਗੱਲ ਵੱਖਰੀ ਆ, ਪਰ ਜਿਹੜਾ ਬਾਈਕ ਦੇ ਉੱਪਰ ਆਨੰਦ ਆਉਂਦਾ, ਨਜ਼ਾਰਾ ਆਉਂਦਾ ਬਈ, ਮੈਂ ਕਹਿੰਦਾ ਸਿਰਾ ਚੀਜ਼ ਆ। ਅਤੇ ਅਸੀਂ ਜਦੋਂ ਬਾਈਕ ਦੇ ਉੱਪਰ ਤੁਹਾਨੂੰ ਦਿਖਾ ਰਹੇ ਹਾਂ ਬਈ ਇਹ ਸਾਰੀ ਚੀਜ਼, ਤੁਸੀਂ ਰੋਡ ਦੇਖੋ, ਠੀਕ ਹੈ, ਕੋਈ ਸਾਨੂੰ ਯਾਰ ਕੋਈ ਟੈਨਸ਼ਨ ਨਹੀਂ, ਕੋਈ ਚਿੰਤਾ ਨਹੀਂ ਕਿਸੇ ਦੀ, ਵਿਹਲੇ ਹੋ ਕੇ ਘਰੋਂ ਤੁਰੇ ਸੀਗੇ ਯਾਰ, ਘੁੰਮਾਂਗੇ ਫਿਰਾਂਗੇ, ਐਸ਼ ਕਰਾਂਗੇ, ਐਸ਼ ਤਾਂ ਬਈ ਐਂ ਆ, ਚੱਲ ਯਾਰ ਵੀ ਬੰਦਾ ਕੰਮਾਂ 'ਚੋਂ ਵਿਹਲਾ ਹੋ ਕੇ ਕਦੇ ਕਦੇ ਬਾਹਰ ਨਿਕਲਦਾ, ਠੀਕ ਆ, ਵੀ ਐਂ ਤਾਂ ਹੈ ਨਹੀਂ ਵੀ ਆਪਾਂ ਨਿਕਲੇ ਰਹੀਏ ਘਰੇ ਤੋਂ ਕੰਮ ਕਰਨਾ ਕਰੀਏ, ਇਹ ਨਹੀਂ ਗਾ, ਆਪਾਂ ਮਸਾਂ ਹੀ ਨਿਕਲੇ ਸੀ ਘਰੋਂ, ਸਾਰੇ ਬੱਚੇ ਤਿਆਰ ਕੀਤੇ, ਆਪਣੇ ਬੰਦੇ ਸਾਰੇ ਜਿੰਨੇ ਆਪਣੇ ਯਾਰ ਮਿੱਤਰ ਸੀਗੇ, ਤਿਆਰੀਆਂ ਕਰ ਸਕੇ ਆਪਾਂ ਨਿਕਲੇ ਸੀ ਘਰੋਂ। ਅਤੇ ਹੁਣ ਬਾਈ ਤੁਸੀਂ ਯਾਰ ਵੀਡੀਓ ਦਾ ਆਨੰਦ ਲਓ, ਠੀਕ ਹੈ, ਅਤੇ ਮੈਂ ਤਾਂ ਬੋਲੀ ਜਾਂਦਾ ਰਹਿੰਦਾ ਬਈ, ਆਪਣੀ ਤਾਂ ਆਦਤ ਹੀ ਹੈ, ਕਿਉਂਕਿ ਬਲੌਗਰ ਆ ਬਾਈ, ਆਪਣੀ ਬੋਲਣਾ ਦਾ ਆਪਣੀ ਆਦਤ ਹੀ ਸਮਝ ਲਓ ਵੀ ਆਪਾਂ ਨੂੰ ਬੋਲਣਾ ਪੈਂਦਾ। ਆਹ ਦੇਖੋ ਬਈ, ਇਹ ਨਦੀ ਆ ਜਿਹਦੀ ਮੈਂ ਗੱਲ ਕਰਦੇ, ਦੋ ਨਦੀਆਂ ਇਕੱਠੀਆਂ ਹੁੰਦੀਆਂ ਇੱਥੇ, ਦੋਵਾਂ ਦਾ ਇੱਕ ਦਾ ਪਾਣੀ ਵਾਈਟ ਆ, ਇੱਕ ਦਾ ਪਾਣੀ ਬਲੂ ਆ, ਠੀਕ ਆ ਭਾਈ, ਇੰਨਾ ਕੁ ਸੋਹਣਾ ਨਜ਼ਾਰਾ ਯਾਰ ਬਾਈ, ਸਿਰਾ ਗੱਲਬਾਤ ਆ, ਜਮ੍ਹਾਂ ਓਕੇ ਰਿਪੋਰਟ ਆ, ਜਿਵੇਂ ਆਪਾਂ ਤਾਰੇ ਪਾਲ ਦੀ ਗੱਲ ਕਰ ਲਈਏ ਬਾਈ, ਜਮ੍ਹਾਂ ਇੱਕ ਨੰਬਰ ਆ ਉਹਦੀ ਵੀ ਬਾਈ ਦੀ, ਮੈਂ ਕਿਹਾ ਸਿਰਾ ਗੱਲਬਾਤ ਹੀ ਤਾਰਾ ਪਾਲ ਦੀ। ਇੱਥੋਂ ਹੁਣ ਤੁਸੀਂ ਇੱਕ ਚੀਜ਼ ਨੋਟ ਕਰ ਲਿਓ ਬਾਈ, ਇੱਥੋਂ ਬਾਅਦ ਸਿੱਧਾ ਪਹਾੜ ਸਟਾਰਟ ਹੋ ਜਾਣਗੇ, ਪਹਾੜ ਸਟਾਰਟ ਹੋ ਗਏ, ਇੱਧਰ ਵੀ ਦਰਖਤ ਨਹੀਂ ਮਿਲਦਾ, ਹੁਣ ਦਰਖਤ ਜਮੀ ਹੈ ਨਹੀਂ ਗੇ, ਇੱਧਰ ਸਿਰਫ ਪਹਾੜ ਹੀ ਪਹਾੜ ਆ, ਸਾਰੇ ਪਹਾੜਾਂ ਦੀ ਵੀਡੀਓ ਆ ਅਤੇ ਇਹ ਤੁਹਾਡੇ ਸਾਹਮਣੇ ਆ, ਇਹਦਾ ਵੀ ਤੁਸੀਂ ਜ਼ਰੂਰ ਦੇਖਿਓ। ਗਾਹਾਂ ਸੜਕਾਂ ਭੀੜੀਆਂ ਹੁੰਦੀਆਂ ਜਾਣਗੀਆਂ, ਰਸਤੇ ਕੱਚੇ ਹੁੰਦੇ ਜਾਣਗੇ, ਦਰਖਤ ਖਤਮ ਹੁੰਦੇ ਜਾਣਗੇ, ਬਸ ਉੱਧਰ ਇਕੱਲੇ ਬੱਦਲ ਆ ਅਤੇ ਪਹਾੜ ਆ, ਤੁਹਾਨੂੰ ਸਾਰੀ ਚੀਜ਼ ਦਿਖਾਈ ਜਾਊਗੀ, ਇੱਕ ਅੱਧੀ ਵੀਡੀਓ ਦਾ ਆਨੰਦ ਲਓ, ਬਾਕੀ ਦੀ ਰਿਪੋਰਟ ਤੁਹਾਨੂੰ ਬਾਅਦ ਵਿੱਚ। ਤੁਸੀਂ ਦੇਖ ਲਿਓ, ਠੀਕ ਹੈ ਜੀ, ਇਹ ਆਪਣੀ ਬਾਈਕ ਸਟੇ ਕਰਤੀ ਸੀਗੀ, ਇੱਥੇ ਸਭ ਕੁਝ ਲਿਖਿਆ ਸਾਹਮਣੇ, ਤੁਹਾਡੇ ਸਾਹਮਣੇ ਕਿੱਥੇ ਦਿੱਕਤ ਨੂੰ ਚੱਲਿਆ, ਆਹ ਆ ਗਈ ਉਹਦੀ ਚੀਜ਼ ਜਿਹਦੀ ਮੈਂ ਗੱਲ ਕਰਦਾ ਸੀ, ਸੜਕ ਛੋਟੀ ਹੋ ਗਈ, ਦਰਖਤ ਖਤਮ ਹੋ ਗਏ, ਪਹਾੜ ਸ਼ੁਰੂ ਹੋ ਗਏ, ਇੱਥੇ ਵੀ ਸੜਕਾਂ ਸੌੜੀਆਂ ਹੁੰਦੀਆਂ ਜਾਣਗੀਆਂ, ਸੌੜੀ ਮਤਲਬ ਭੀੜੀਆਂ ਹੁੰਦੀਆਂ ਜਾਣਗੀਆਂ, ਰਸਤੇ ਭੀੜੇ ਆ ਅਤੇ ਬਸ ਇਕੱਲੇ ਪਹਾੜ ਹੀ ਆ, ਅਤੇ ਨੀਚੇ ਖਾਈ ਆ, ਇਕੱਲੇ ਪਾਸੇ ਪਹਾੜ, ਕਿੱਧਰ ਨੂੰ ਜਾ ਨਹੀਂ ਸਕਦੇ, ਜਾਣੀ ਮੋਟਰਸਾਈਕਲ ਤੋਰਨਾ ਪੈਣਾ, ਇਹ ਵੀ ਪੂਰੀ ਸੇਫਟੀ ਦਾ ਧਿਆਨ ਰੱਖਣਾ ਪੈਂਦਾ ਬਈ, 20-25 ਦੀ ਸਪੀਡ 'ਤੇ ਬਾਈਕ ਚਲਾਓ, ਆਨੰਦ ਲਓ, ਬਾਹਲੀ ਤੇਜ਼ ਕਰਨ ਦੀ ਲੋੜ ਨਹੀਂ, ਕਿਉਂਕਿ ਬਈ ਬਾਹਲੇ ਡੇਂਜਰਸ ਕੰਮ, ਖਤਰੋਂ ਕਿ ਖਿਲਾੜੀਆਂ ਦਾ ਕੰਮ ਤਾਂ ਹੈ ਨਹੀਂ ਵੀ ਬਈ, ਉਹ ਤਾਂ ਡੀਡੀ ਦੇ ਸ਼ੋਅ ਆ, ਉਹਨਾਂ ਨੇ ਤਾਂ ਬਾਜੀ ਜਾਣਾ, ਪਰ ਆਪਣਾ ਕੰਮ ਔਖਾ ਹੁੰਦਾ, ਬਾਹਲੇ ਧਿਆਨ ਨਾਲ ਵੀ ਇੱਥੇ ਬਾਈਕ ਚਲਾਉਣੀ ਪੈਂਦੀ ਆ, ਅੱਗੇ ਵੀ ਕੋਈ ਚੀਜ਼ ਜਾ ਸਕਦੀ ਹੈ, ਪਿੱਛੋਂ ਕੋਈ ਚੀਜ਼ ਜਾ ਸਕਦੀ ਹੈ, ਕੋਈ ਪਤਾ ਹੀ ਨਹੀਂ, ਠੀਕ ਆ, ਅਤੇ ਇੱਥੇ ਮੋੜ ਘੋੜ ਦਾ ਕੋਈ ਪਤਾ ਨਹੀਂ, ਪਹਿਲੀ ਗੱਲ ਤਾਂ ਕਿੱਧਰ ਨੂੰ ਮੋੜ ਦੇ ਗੱਡੀ, ਉੱਧਰ ਨਹੀਂ ਮੋੜ ਦੇਈਦੀ ਆ ਬਈ, ਸਾਰੀ ਸੇਫਟੀ ਧਿਆਨ ਰੱਖਣਾ ਪੈਂਦਾ, ਇੱਦਾਂ ਆਪਣੀ ਸੇਫਟੀ ਨਾਲ ਲੈ ਕੇ ਤੁਸੀਂ ਹੈਲਮੇਟ ਆਪਦਾ ਪਾਓ, ਠੀਕ ਆ, ਹੋਰ ਆਪਣੇ ਜਿਹੜੇ ਸੇਫਟੀ ਚੀਜ਼ਾਂ ਸਾਰੀਆਂ ਸੇਫਟੀ ਦਾ ਧਿਆਨ ਰੱਖੋ, ਕਿਉਂਕਿ ਵੀ ਆਪਾਂ ਇਹ ਚੀਜ਼ਾਂ ਆਪਣੀ ਸੇਫਟੀ ਵਾਸਤੇ ਹੁੰਦੀਆਂ, ਅਤੇ ਇਹ ਚੀਜ਼ਾਂ ਨਾਲ ਹੀ ਹੁੰਦੀਆਂ, ਗੇਅਰ ਬੁਲਟ ਅਤੇ ਐਸਸਰੀ ਨਾਲ ਹੀ ਮਿਲ ਜਾਂਦੀ ਹੈ ਸਾਰੀ, ਅਤੇ ਤੁਸੀਂ ਹੁਣ ਅੱਗੇ ਦੀ ਅੱਗੇ ਦੇਖੋ ਬਈ, ਤੁਹਾਨੂੰ ਅੱਗੇ ਦੀ ਬੁਲਟ ਦਿੰਦੇ ਰਹਿੰਦੇ ਆਪਾਂ ਨਾਲ ਦੀ ਨਾਲ ਹੀ ਦੇਵਾਂਗੇ, ਦੇਖੋ ਵੀ ਆਹ ਦੇਖਣ ਵਾਲੀ ਚੀਜ਼ ਆ, ਇੱਥੇ ਪਤਾ ਕੀ ਗੱਲ ਆ ਬਈ, ਇੱਥੇ ਜਿਹੜੇ ਆਪਣੇ ਵੀਰ ਹੈਗੇ ਆ ਬੁਲਟਾਂ ਵਾਲੇ ਜਾਂ ਕੋਈ ਹੋਰ ਆਪਣੇ ਬਾਈਕ ਰਾਈਡਰ ਜਾਂ ਕੋਈ ਗੱਡੀਆਂ 'ਤੇ ਆਉਂਦੇ ਆ ਬਈ, ਸਾਰੇ ਆਪਣੀ ਆਪਣੀ ਨਿਸ਼ਾਨੀ ਆਪਣਾ ਆਪਣਾ ਸਟਿੱਕਰ ਇੱਥੇ ਲਾ ਕੇ ਜਾਂਦੇ ਆ, ਅਤੇ ਆਪਾਂ ਵੀ ਕੀ ਕੀਤਾ ਵੀ ਇੱਥੇ 50 ਰਾਈਡਰ ਦਾ ਸਟਿੱਕਰ ਆਪਾਂ ਚਿਪਕਾ ਤਾ, ਇੱਥੇ ਸਾਰਿਆਂ ਨੇ ਕੋਈ ਨਾ ਕੋਈ ਨਿਸ਼ਾਨੀ ਲਾਈ ਵੀ, ਇਸ ਤੋਂ ਬਾਅਦ ਆਪਾਂ ਫਿਰ ਕੋਈ ਮੋਟਰਸਾਈਕਲ ਸਿੱਧਾ ਜਿਹੜਾ ਕਿ ਬੁਲਟ ਆਪਾਂ ਖਿੱਚਦਾ ਆਪਦੇ, ਜਿਹੜੇ ਆਪਣੇ ਗੋਲ ਸੀਗਾ ਆਪਾਂ ਗੋਲ ਅਚੀਵ ਕਰਨਾ ਸੀ ਬਈ, ਇੱਥੇ ਤੱਕ ਜਾਣਾ, ਉਹ ਤੈਨੂੰ ਬੁਲਟ ਖਿੱਚਦਾ ਆਪਾਂ ਸਾਰਾ ਕ੍ਰੋਸ ਕਰਤਾ ਵੀਰੇ, ਜਿਹੜਾ ਕਿ ਆਪਣਾ ਸੀਗਾ ਸ਼ਿਮਲਾ ਸ਼ਿਮਲਾ ਹੋ ਗਿਆ ਸਾਰੇ, ਹੁਣ ਅੱਗੇ ਜਿਹੜੇ ਪੜ੍ਹਦੇ ਹੋਰ ਦਿੰਦੇ ਹਾਂ, ਤੁਹਾਨੂੰ ਹੋਰ ਜਾਣਕਾਰੀ ਦੇ ਦੀ ਆ ਬਈ, ਇਹ ਲਾਸਟ ਪੈਟਰੋਲ ਪੰਪ ਆ ਜਿਹੜੇ ਪਾਸੇ ਆਪਾਂ ਜਾ ਰਹੇ ਹਾਂ, ਉੱਥੋਂ ਦਾ
ਇੱਥੋਂ ਦੀ ਨਾ ਟੈਂਕੀ ਫੁੱਲ ਕਰਾਉਣੀ ਆ ਬਾਈ, ਕਰਾ ਸਕਦਾ ਇੱਦੋਂ ਅੱਗੇ ਕੋਈ ਪੰਪ ਨਹੀਂ ਤੁਹਾਨੂੰ ਮਿਲਣਾ, ਇੱਥੋਂ ਆਪਦੀ ਜਿਹੜੀ ਕਿ ਟੈਂਕੀ ਫੁੱਲ ਕਰਾਓ, ਜੇ ਨਾਲ ਪੈਟਰੋਲ ਰੱਖਣਾ ਉਹ ਵੀ ਰੱਖੋ ਕੋਈ ਬੋਤਲ ਬਾਤਲ ਭਰ ਕੇ, ਅਤੇ ਇੱਦੋਂ ਅੱਗੇ ਤੁਹਾਨੂੰ ਕੋਈ ਪੈਟਰੋਲ ਪੰਪ ਮਿਲਣਾ ਹੀ ਨਹੀਂ, ਅਤੇ ਇੱਥੋਂ ਆਪਦੀਆਂ ਟੈਂਕੀਆਂ ਟੂਕੀਆਂ ਫੁੱਲ ਕਰਾ ਕੇ ਤਿਆਰ ਕਰੋ, ਅਤੇ ਤਾਂ ਕਿ ਤੁਹਾਨੂੰ ਰਸਤੇ 'ਚ ਕੋਈ ਦਿੱਕਤ ਨਾ ਆਵੇ। ਲਓ ਜੀ ਮੇਰੇ ਵੀਰੋ, ਇਹ ਆਪਣਾ ਟ੍ਰਿਪ ਸੀਗਾ ਕਿ 8500 ਰੁਪਏ ਦੇ ਵਿੱਚ ਆਪਾਂ ਕਵਰ ਕੀਤਾ, ਅਤੇ ਨੈਕਸਟ ਵੀਕ ਸਾਡੇ ਸਾਰੀਆਂ ਦੇਖੋਗੇ ਫੋਟੋਜ਼ ਵਗੈਰਾ ਜਿੰਨੇ ਬਾਈ ਆਪਣੇ ਹੈਗੇ, ਆਪਾਂ ਮੈਮਰੀ ਤੌਰ 'ਤੇ ਫੋਟੋ ਲਾਈ ਹੋਈ ਆ ਸਾਰੇ, ਤੁਸੀਂ ਦੇਖ ਸਕਦੇ ਖੁੰਡ ਪਿਆ ਬੰਨਿਆਂ ਵੱਲੋਂ ਇੰਨੇ ਕੁ ਬਾਈ ਬਲੌਗ ਸ਼ੂਟ ਕੀਤਾ ਹੋਇਆ ਜੀ ਜਿਹੜਾ, ਅਤੇ ਤੁਸੀਂ ਲਾਸਟ ਆਪਣਾ ਸੀਨ ਦੇਖੋ, ਫਿਰ ਪਹਾੜੀਆਂ ਦੇਖੋ ਬਾਈ, ਕੋਈ ਚੋਟੀ ਦੇ ਉੱਪਰ ਆਹੀ ਤਾਂ ਨਜ਼ਾਰਿਆ ਵੀ ਦੇਖਣ ਵਾਲੇ, ਇੱਕ ਵਾਰੀ ਜ਼ਰੂਰ ਵੇਖੋ, ਖਰਚਾ ਕੁਛ ਨਹੀਂ ਗਾ ਬਾਈ, 8500 ਵੱਧ ਤੋਂ ਵੱਧ ਹੁਣ ਜੇ ਪੈਟਰੋਲ ਦੇ ਹਿਸਾਬ ਦੇਖੇ ਤਾਂ 10000 ਰੁਪਏ ਖਰਚਾ ਮਸਾਂ ਆਉਣਾ ਗਾ ਲਾਸਟ। ਅਤੇ ਇਹ ਟ੍ਰਿਪ ਇੱਕ ਯਾਦਗਾਰ ਦੇ ਤੌਰ 'ਤੇ ਸੀ, 8500 ਰੁਪਏ ਦੇ ਵਿੱਚ ਬੁਲਟਾਂ ਦੇ ਉੱਪਰ ਆਪਾਂ ਕਿੰਨਾ ਕੁਛ ਟਰੈਵਲ ਕਰ ਸਕਦੇ ਹਾਂ, ਸਾਰਾ ਕੁਛ ਵਿੱਚ ਦਿੱਤਾ ਹੋਇਆ। ਅਤੇ ਇਹ ਆਪਣੀਆਂ ਫੋਟੋਜ਼ ਆ ਬਾਈ, ਇਹ ਆਪਣੇ ਦੇਖ ਬਾਈ ਪੋਜ ਮਾਰ ਰਹੇ ਸਾਰੇ। ਥੈਂਕ ਯੂ ਸੋ ਮੱਚ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਸਬਸਕ੍ਰਾਈਬ ਕਰੋ, ਖੁੰਡ ਪੰਜਾਬ ਵੱਲੋਂ ਧੰਨਵਾਦ ਸਾਰਿਆਂ ਦਾ।